ਅੰਬਾਨੀਆਂ ਦਾ ਵਿਆਹ ਸੀਗਾ, ਉਹਨਾਂ ਨੇ ਚੂਜ਼ ਕੀਤੇ ਹੋਏ ਲੋਕ ਲੋਕ ਬੁਲਾਏ, ਤੇ ਫਿਰ ਕੱਲਾ ਦਲਜੀਤ ਹੀ ਕਿਉਂ ਬੁਲਾਇਆ ਪੰਜਾਬ ਤੋਂ, ਹੋਰ ਵੀ ਤਾਂ ਬਹੁਤ ਸੀਗੇ ਹਨਾ। ਉਹ ਕਾਰਨ ਇਹੀ ਸੀ ਨਾ ਵੀ ਆਪਣੇ ਆਪ ਦੇ ਵਿੱਚ ਇੱਕ ਕੁਆਲਿਟੀ ਹੈ ਦਲਜੀਤ, ਤੁਹਾਨੂੰ ਮਤਲਬ ਕਮਾਲ ਦੀ ਟਾਈਮਿੰਗ ਹੈ ਐਕਟਰ, ਮਤਲਬ ਮੈਂ ਆਪਾਂ ਸਿੰਗਰਾਂ ਦੀ ਗੱਲ ਕਰੀ ਸੀ, ਹਾਂਜੀ ਹਾਂਜੀ, ਸਿੰਗਰ ਤਾਂ ਬਾ ਕਮਾਲ ਹੈ ਹੀ ਹੈ, ਐਕਟਰ ਵੀ ਬਾ ਕਮਾਲ। ਮੈਂ ਇਹਨਾਂ ਨਾਲ ਫਿਲਮ ਕੀਤੀ ਸਰਦਾਰ ਜੀ 2, ਉਦੋਂ ਮਤਲਬ ਇੱਕ ਜਿਵੇਂ ਐਕਟਰ ਦੇ ਅੰਦਰ ਚਿੰਗਾਰੀ ਨਹੀਂ ਹੁੰਦੀ ਕਿ ਸਰਦੀ ਦੇ ਵਿੱਚ ਮਤਲਬ ਇੱਕ ਕੁੜਤਾ ਚਾਦਰਾ ਪਾਇਆ ਹੋਇਆ, ਤੇ ਉਹ ਮਤਲਬ ਜੇ ਥੱਲੇ ਬੈਠਾ ਥੱਲੇ ਬੈਠਾ, ਮਤਲਬ ਕੋਈ ਐਟੀਟਿਊਡ ਨਹੀਂ, ਕੋਈ ਕੁਛ ਨਹੀਂ, ਹਨਾ। ਬੀਇੰਗ ਆਰਟਿਸਟ ਸਾਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਲੰਬੀ ਰੇਸ ਦਾ ਘੋੜਾ, ਤੇ ਤੁਹਾਡੇ ਅਕੋਰਡਿੰਗ ਕੌਣ ਆ ਉਹ? ਮੇਰੇ ਵਾਲਾ ਘੋੜਾ ਤਾਂ ਆਲਰੇਡੀ ਉਹ ਅਸਮਾਨ ਤੇ ਗਿਆ ਹੈ ਦਲਜੀਤ, ਬਿਕੋਜ਼ ਮੈਂ ਬੜੀਆਂ ਫਿਲਮਾਂ, ਮੈਂ ਜਦੋਂ ਫਿਲਮ ਦੇਖ ਦਲਜੀਤ ਦੀ ਫਿਲਮ ਦੇਖਦਾ, ਰਾਈਟ, ਉਹ ਟਾਈਮਿੰਗ ਹੁੰਦੀ ਹੈ, ਜਦੋਂ ਮੈਂ ਵੀ ਖੁਦ ਵੀ ਐਕਟ ਕਰਦਾ ਤਾਂ ਇੱਕ ਟਾਈਮਿੰਗ ਹੁੰਦੀ, ਸੁਰ ਹੁੰਦੇ ਐਕਟਿੰਗ 'ਚ ਵੀ ਸੁਰ ਹੁੰਦੇ ਆ, ਕਿਹਦਾ ਸੁਰ ਵਧੀਆ ਲੱਗਦਾ, ਜਿਵੇਂ ਗਾਉਣ ਲੱਗੇ ਲੱਗਦੇ ਨੇ ਵੀ ਫਲਾਂ ਕਾਲਾ ਫਲਾਂ ਚਿੱਟਾ, ਉੱਦਾਂ ਐਕਟਿੰਗ ਦੇ ਵੀ ਅਗਰ ਥੋੜ੍ਹੇ ਸੁਰ ਸਹੀ ਲੱਗਦੇ ਆ ਤਾਂ ਪਰਫੋਰਮੈਂਸ ਬਹੁਤ ਅੱਛੀ ਹੁੰਦੀ ਹੈ। ਉਸ ਪੱਖੋਂ ਦਲਜੀਤ ਤੁਹਾਨੂੰ ਮਤਲਬ ਕਮਾਲ ਦੀ ਟਾਈਮਿੰਗ ਹੈ ਐਕਟਰ, ਮਤਲਬ ਮੈਂ ਆਪਾਂ ਸਿੰਗਰਾਂ ਦੀ ਗੱਲ ਕਰੀ ਸੀ, ਸਿੰਗਰ ਤਾਂ ਬਾ ਕਮਾਲ ਹੈ ਹੀ ਹੈ, ਐਕਟਰ ਵੀ ਬਾ ਕਮਾਲ। ਨਹੀਂ ਉਹ ਦਲਜੀਤ ਨੇ ਬਹੁਤ ਵਧੀਆ ਕੰਮ ਕੀਤਾ, ਔਰ ਮੈਂ ਇਹਨਾਂ ਨਾਲ ਫਿਲਮ ਕੀਤੀ ਸਰਦਾਰ ਜੀ 2, ਉਦੋਂ ਮਤਲਬ ਇੱਕ ਜਿਵੇਂ ਐਕਟਰ ਦੇ ਅੰਦਰ ਚਿੰਗਾਰੀ ਨਹੀਂ ਹੁੰਦੀ ਕਿ ਸਰਦੀ ਦੇ ਵਿੱਚ ਮਤਲਬ ਇੱਕ ਕੁੜਤਾ ਚਾਦਰਾ ਪਾਇਆ ਹੋਇਆ, ਤੇ ਉਹ ਮਤਲਬ ਜੇ ਥੱਲੇ ਬੈਠਾ ਥੱਲੇ ਬੈਠਾ, ਮਤਲਬ ਕੋਈ ਐਟੀਟਿਊਡ ਨਹੀਂ, ਕੋਈ ਕੁਛ ਨਹੀਂ, ਹਨਾ। ਤਾਂ ਦੇਖੋ ਫਿਲਮ ਮੈਂ ਕੀਤੀ ਸੀਗੀ ਆਪਣੇ ਗੁੱਡੂ ਧਨੋਆ ਦੀ ਲਾਈਨ ਆਫ ਪੰਜਾਬ, ਉੱਥੋਂ ਸਟਾਰਟ ਕੀਤਾ ਬੰਦੇ ਨੇ, ਤੇ ਅੱਜ ਦੇਖ ਲਓ ਕਿੱਥੇ ਪਹੁੰਚ ਗਿਆ। ਅੱਜ ਇੱਕ ਚੀਜ਼ ਜਿਹੜੀ ਹੁਣ ਰੀਸੈਂਟ ਕਿੰਨੀ ਘੈਂਟ ਹੋ ਗਈ ਹੈ ਨਾ, ਜਿਹੜਾ ਕਿ ਅੰਬਾਨੀਆਂ ਦੇ ਵਿਆਹ ਤੇ ਜਿਹੜਾ ਕਿ ਪੂਰੀ ਰੌਣਕ ਲਾਤੀ ਹੈ, ਉਹ ਤਾਂ ਫਿਰ ਸਾਡੇ ਪੰਜਾਬ ਦੇ, ਉੱਥੇ ਵੀ ਕੁੜਤਾ ਪਜਾਮਾ ਪਾ ਕੇ ਗਿਆ, ਕੁੜਤਾ ਪਜਾਮਾ ਪਾ ਗਿਆ, ਕੀ ਹੈ ਉਹ ਤਾਂ ਹੁਣ, ਤਾਂ ਮੈਂ ਕਿਹਾ ਨਾ ਪੰਜਾਬੀਆਂ ਦਾ ਬੋਲਬਾਲਾ ਬਹੁਤ ਹੈ ਇਸ ਟਾਈਮ, ਲਾਈਕ ਕੀਤਾ ਜਾਂਦਾ ਹੈ, ਤੁਹਾਨੂੰ ਮੈਂ ਵੀ ਵਾਇਰਲ ਦੇਖੀ ਆ ਉਹ ਕਿ ਜੋ ਦਲਜੀਤ ਬਾਈ ਗਾ ਰਹੇ ਸੀਗੇ, ਤੇ ਥੱਲੇ ਜਿੰਨੇ ਸਟਾਰ ਸੀਗੇ ਸਾਰੇ ਸਟਾਰ, ਕਰੀਨਾ ਕਪੂਰ ਖਾਨ, ਵਿੱਕੀ ਕੌਸ਼ਲ, ਔਰ ਕਿੰਨਾ ਪ੍ਰਾਊਡ ਫੀਲ ਕਰਦੇ ਹੋ ਤੁਸੀਂ ਜੋ ਤੁਹਾਡੀ ਪੰਜਾਬੀ ਭਾਸ਼ਾ ਨੂੰ ਲੈ ਕੇ ਜਾਂ ਸਾਡੇ ਕਿਸੇ ਪੰਜਾਬੀ ਐਕਟਰ ਨੂੰ ਲੈ ਕੇ ਲੋਕ ਇੰਨਾ ਪੈਸ਼ਨੇਟ ਹੁੰਦੇ ਆ ਕਿ ਜਾ ਕੇ ਉਹਨਾਂ ਜੱਫੀਆਂ ਪਾਉਂਦੇ ਨੇ। ਅੰਬਾਨੀਆਂ ਦਾ ਵਿਆਹ ਸੀਗਾ, ਉਹਨਾਂ ਨੇ ਚੂਜ਼ ਕੀਤੇ ਹੋਏ ਲੋਕ ਬੁਲਾਏ, ਤੇ ਫਿਰ ਕੱਲਾ ਦਲਜੀਤ ਹੀ ਕਿਉਂ ਬੁਲਾਇਆ ਪੰਜਾਬ ਤੋਂ, ਹੋਰ ਵੀ ਤਾਂ ਬਹੁਤ ਸੀਗੇ ਹਨਾ। ਉਹ ਕਾਰਨ ਇਹੀ ਸੀ ਨਾ ਵੀ ਆਪਣੇ ਆਪ ਦੇ ਵਿੱਚ ਇੱਕ ਕੁਆਲਿਟੀ ਹੈ। ਅੰਬਾਨੀਆਂ ਦਾ ਵਿਆਹ ਸੀਗਾ, ਉਹਨਾਂ ਨੇ ਚੂਜ਼ ਕੀਤੇ ਹੋਏ ਲੋਕ ਬੁਲਾਏ, ਤੇ ਫਿਰ ਕੱਲਾ ਦਲਜੀਤ ਹੀ ਕਿਉਂ ਬੁਲਾਇਆ ਪੰਜਾਬ ਤੋਂ, ਹੋਰ ਵੀ ਤਾਂ ਬਹੁਤ ਸੀਗੇ ਹਨਾ। ਉਹ ਕਾਰਨ ਇਹੀ ਸੀ ਨਾ ਵੀ ਆਪਣੇ ਆਪ ਦੇ ਵਿੱਚ ਇੱਕ ਕੁਆਲਿਟੀ ਹੈ ਦਲਜੀਤ, ਤੁਹਾਨੂੰ ਮਤਲਬ ਕਮਾਲ ਦੀ ਟਾਈਮਿੰਗ ਹੈ ਐਕਟਰ, ਮਤਲਬ ਮੈਂ ਆਪਾਂ ਸਿੰਗਰਾਂ ਦੀ ਗੱਲ ਕਰੀ ਸੀ, ਸਿੰਗਰ ਤਾਂ ਬਾ ਕਮਾਲ ਹੈ ਹੀ ਹੈ, ਐਕਟਰ ਵੀ ਬਾ ਕਮਾਲ। ਮੈਂ ਇਹਨਾਂ ਨਾਲ ਫਿਲਮ ਕੀਤੀ ਸਰਦਾਰ ਜੀ 2, ਉਦੋਂ ਮਤਲਬ ਇੱਕ ਜਿਵੇਂ ਐਕਟਰ ਦੇ ਅੰਦਰ ਚਿੰਗਾਰੀ ਨਹੀਂ ਹੁੰਦੀ ਕਿ ਸਰਦੀ ਦੇ ਵਿੱਚ ਮਤਲਬ ਇੱਕ ਕੁੜਤਾ ਚਾਦਰਾ ਪਾਇਆ ਹੋਇਆ, ਤੇ ਉਹ ਮਤਲਬ ਜੇ ਥੱਲੇ ਬੈਠਾ ਥੱਲੇ ਬੈਠਾ, ਮਤਲਬ ਕੋਈ ਐਟੀਟਿਊਡ ਨਹੀਂ, ਕੋਈ ਕੁਛ ਨਹੀਂ, ਹਨਾ। ਬੀਇੰਗ ਆਰਟਿਸਟ ਸਾਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਲੰਬੀ ਰੇਸ ਦਾ ਘੋੜਾ, ਤੇ ਤੁਹਾਡੇ ਅਕੋਰਡਿੰਗ ਕੌਣ ਆ ਉਹ? ਮੇਰੇ ਵਾਲਾ ਘੋੜਾ ਤਾਂ ਆਲਰੇਡੀ ਉਹ ਅਸਮਾਨ ਤੇ ਗਿਆ ਹੈ ਦਲਜੀਤ, ਬਿਕੋਜ਼ ਮੈਂ ਬੜੀਆਂ ਫਿਲਮਾਂ, ਮੈਂ ਜਦੋਂ ਫਿਲਮ ਦੇਖ ਦਲਜੀਤ ਦੀ ਫਿਲਮ ਦੇਖਦਾ, ਰਾਈਟ, ਉਹ ਟਾਈਮਿੰਗ ਹੁੰਦੀ ਹੈ, ਜਦੋਂ ਮੈਂ ਵੀ ਖੁਦ ਵੀ ਐਕਟ ਕਰਦਾ ਤਾਂ ਇੱਕ ਟਾਈਮਿੰਗ ਹੁੰਦੀ, ਸੁਰ ਹੁੰਦੇ ਐਕਟਿੰਗ 'ਚ ਵੀ ਸੁਰ ਹੁੰਦੇ ਆ, ਕਿਹਦਾ ਸੁਰ ਵਧੀਆ ਲੱਗਦਾ, ਜਿਵੇਂ ਗਾਉਣ ਲੱਗੇ ਲੱਗਦੇ ਨੇ ਵੀ ਫਲਾਂ ਕਾਲਾ ਫਲਾਂ ਚਿੱਟਾ, ਉੱਦਾਂ